ਪੇਸ਼ੈਂਟ ਹੋਵੇ ਸਬਸਤਾਰ ਜਿਸ चीज ਤੋਂ ਡਰ ਲੱਗਦਾ ਹੋਵੇ ਫੀਅਰ ਆਫ ਚੇਂਜ ਜਿਸ ਕੁਝ ਵੀ ਮਾੜਾ ਦਾ ਵੀ ਚੇਂਜ ਹੋਣਾ ਸ਼ੁਰੂ ਹੁੰਦਾ ਹੈਗਾ ਤੇ ਉਹ ਮੈਨੂੰ ਜ਼ਿਆਦਾ ਪ੍ਰੋਬਲਮ ਦਿੰਦਾ ਹੈ ਮੇਰੀ ਫੈਮਿਲੀ ਨੂੰ ਵੀ ਜ਼ਿਆਦਾ ਪ੍ਰੋਬਲਮ ਦਿੰਦਾ ਹੈਗਾ ਤਾਂ ਉਹ ਉਹਨੂੰ ਸਹੀ ਕਰਨ ਲਈ ਆਪਾਂ ਕੀ ਕਰ ਸਕਦੇ ਆਂ ਕਿ ਫੀਅਰ ਆਫ ਚੇਂਜ ਹੀ ਨਾ ਰਵੇ ਸਾਡੇ ਚ ਆਪਾਂ ਇੰਨੇ ਜ਼ਿਆਦਾ ਗੱਟਸੀ ਬਣ ਜਾਈਏ ਕਿ ਉਹ ਚੀਜ਼ ਤੋਂ ਦੂਰ ਹੋ ਜਾਈਏ ਪਹਿਲਾ ਬੀਲੀਫ ਸਿਸਟਮ ਤੇ ਬੱਚੇ ਹੈ ਕਿ ਸਾਨੂੰ ਲੱਗਦਾ ਹੈ ਕਿ ਚੇਂਜ ਜਿਹੜੀ ਹੈ ਨਾ ਇਹ ਇਨਵੀਟੇਬਲ ਹੈ ਬਟ ਇਹ 올 ਓਵਰ ਵਰਲਡ ਹੀ ਹੈ ਸਿਰਫ ਇੰਡੀਆ 'ਚ ਨਹੀਂ ਆਇਆ ਇਹ ਮੈਂ ਤਾਂ ਕਹਿਣਾ ਪਿਆ ਇਟਸ ਅ ਇਟਸ ਅ ਬਲੀਫ ਸਿਸਟਮ ਕਿ ਚੇਂਜ ਹੋਣੀ ਨਹੀਂ ਚਾਹੀਦੀ ਜਿਹੜੀ ਚੀਜ਼ ਇਸ ਤਰ੍ਹਾਂ ਹੈ ਨਾ ਬਸ ਇਸ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ ਹਾਂਜੀ ਬਟ ਇਹ ਚੀਜ਼ ਹੁੰਦੀ ਨਹੀਂ ਨਾ ਇਸ ਤਰ੍ਹਾਂ ਚੇਂਜ ਤੇ ਹੁੰਦਾ ਪਿਆ ਆਪ ਕੰਫਰਟ ਜ਼ੋਨ ਹੋ ਗਿਆ ਤੁਹਾਡਾ ਇੱਕ ਬਲੀਫ ਸਿਸਟਮ ਬਣ ਗਿਆ ਕਿ ਇਸ ਤਰ੍ਹਾਂ ਹੀ ਚੱਲਣਾ ਚਾਹੀਦਾ ਹੈ ਇਹ ਸਭ ਕੁਝ ਐਂਜੀ ਹੀ ਰਹਿਣਾ ਚਾਹੀਦਾ ਹੈ ਐਂਡ ਵੀ ਆਰ ਨਾਟ ਪ੍ਰੀਪੇਅਰਡ ਫਾਰ ਦਾ ਚੇਂਜ ਹੁਣ ਜੇ ਸੈਵਨ ਹੈਬਿਟਸ ਕਰੋ ਨਾ ਤੇ ਉਹਦੇ ਵਿੱਚ ਸਭ ਤੋਂ ਆਂਦੀ ਬੀਇੰਗ ਪ੍ਰੋਐਕਟਿਵ ਵਿਦ ਐਂਡ ਇਨ ਮਾਈਂਡ ਠੀਕ ਹੈ ਫਸਟ ਥਿੰਗ ਫਸਟ ਠੀਕ ਇਹਦਾ ਮਤਲਬ ਹੈ ਕਿ ਬੀਇੰਗ ਪ੍ਰੋਐਕਟਿਵ ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਤੋਂ ਹੀ ਦੇਖਣਾ ਚਾਹੀਦਾ ਵੀ ਕੱਲ ਨੂੰ ਜਾ ਕੇ ਕੀ ਚੇਂਜਸ ਆਣੀਆਂ ਕੱਲ ਨੂੰ ਮੇਰੀ ਏਜ ਵਧਣੀ ਹੈ ਮੇਰੇ ਅੰਦਰ ਕਿਹੜੀ ਕਿਹੜੀ ਵੀਕਨੈਸ ਆਣੀ ਹੈ ਮੇਰੇ ਗੋਡੇ ਖਰਾਬ ਹੋ ਸਕਦੇ ਆ ਮੇਰੀਆਂ ਆਇਜ਼ ਦੇ ਵਿੱਚ ਆ ਪ੍ਰੋਬਲਮਸ ਆ ਸਕਦੀ ਹੈ ਮੈਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਮੇਰੀ ਪ੍ਰੋਟੀਨ ਡੈਫੀਸ਼ੀਐਂਸੀ ਆ ਸਕਦੀ ਹੈ ਇਹ ਪ੍ਰੋਐਕਟਿਵ ਹੈ ਬੀਇੰਗ ਪ੍ਰੋਐਕਟਿਵ ਮੈਨੂੰ ਕਿਸ ਕਿੰਨੀ ਐਕਸਰਸਾਈਜ਼ ਦੀ ਲੋੜ ਹੈ ਮੈਂ ਕਿੰਨੀ ਵੜਜਿਸ਼ ਕਰਾਂ ਮੈਂ ਕਿੰਨੀ ਸੈਰ ਕਰਾਂ ਮੈਂ ਕਿਹੜੇ ਚੀਜ਼ 'ਚ ਆਪਣੇ ਆਪ ਨੂੰ ਆਕੂਪਾਈ ਕਰਕੇ ਰੱਖ ਇਹ ਸਾਰੀਆਂ ਬੀਇੰਗ ਪ੍ਰੋਐਕਟਿਵ ਹੈ ਫਿਰ ਵਿਦ ਅ ਐਂਡ ਇਨ ਮਾਈਂਡ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਏ ਕਿ ਜਿਹੜਾ ਅੱਜ ਕਮ ਆਪਾਂ ਕਰਨ ਦੇ ਆ ਨਾ ਇਹਦਾ ਨਤੀਜਾ ਕੀ ਨਿਕਲਦਾ ਹੈ ਇਹ ਨਹੀਂ ਕਿ ਜਦੋਂ ਆਏਗਾ ਦੇਖੀ ਜਾਏਗੀ ਜਦੋਂ ਹੋਏਗਾ ਕਿ ਦੇਖੀ ਜਾਏਗੀ ਹਾਲੇ ਤਾਂ ਕੁਝ ਹੋਇਆ ਨਹੀਂ ਜਦੋਂ ਹੋਏਗਾ ਫਿਰ ਕੁਝ ਨਹੀਂ ਹੋਏਗਾ ਸਾਡੇ ਕੋਲ ਸੋ ਪਹਿਲਾਂ ਤੋਂ ਹੀ ਆਪਾਂ ਨੂੰ ਪ੍ਰੀਪੇਅਰਡ ਹੋਏ ਇਹਦਾ ਮਤਲਬ ਤੁਸੀਂ ਚੇਂਜ ਨੂੰ ਪਹਿਲਾਂ ਹੀ ਪ੍ਰਡਿਕਟ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਅਨਸਰਟਨਟੀ ਤੋਂ ਪ੍ਰੋਡਿਕਟੇਬਿਲਟੀ ਨੂੰ ਕਿਤੇ ਨਾ ਕਿਤੇ ਮਿਕਸ ਅਪ ਕਰ ਰਹੇ ਹੋ ਸੋ ਅਨਸਰਟਨਟੀ ਦਾ ਐਲੀਮੈਂਟ ਨੂੰ ਤੁਸੀਂ ਓਵਰਕਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ नो no डाउट सारा ਨਹੀਂ ਕਰ ਸਕਦੇ ਬਟ ਫੀਅਰ ਆਫ ਚੇਂਜ ਨੂੰ ਘਟਾਉਣ ਦਾ ਇਹ ਤਰੀਕਾ ਹੈ ਫਿਰ ਤੀਸਰੀ ਚੀਜ਼ ਕੀ ਹੈ ਪ੍ਰਾਇੋਰਟਾਈਜੇਸ਼ਨ ਕਿ ਐਸ ਵੇਲੇ ਜਿਹੜੀ ਮੈਂ ਜਗ੍ਹਾ ਤੇ ਬੈਠਾ ਇੱਥੇ ਮੇਰੇ ਵਾਸਤੇ ਕੀ ਇੰਪੋਰਟੈਂਟ ਹੁਣ ਇੱਥੇ ਆਪਾਂ ਬਿਜ਼ਨਸ ਨਹੀਂ ਇੰਪੋਰਟੈਂਟ ਹੈ ਆਪਾਂ ਹਸਪੀਟਲ 'ਚ ਬੈਠੇ ਆਂ ਬ੍ਰੇਨ ਦਾ ਹਸਪੀਟਲ ਹੈ ਬ੍ਰੇਨ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਾਡੇ ਵਾਸਤੇ ਬਿਜ਼ਨਸ ਨਹੀਂ ਮੈਨੇ ਰੱਖਦਾ ਉਹ ਡਾਕਟਰ ਸਾਹਿਬ ਨੂੰ ਮੈਂ ਕਹੂੰਗਾ ਕਿ ਹਸਪੀਟਲ ਪਰ ਮੈਂ ਬੰਦ ਵੀ ਹੋ ਜੇ ਡਸਨਟ ਮੈਟਰ ਪਹਿਲੀ ਗੱਲ ਤੇ ਆਪਣੀ ਸਿਹਤ ਠੀਕ ਹੋਣੀ ਚਾਹੀਦੀ ਹੈ should we think about our hospital or should we think about our health yes. health number 1 priorities health acha je todi health nu chhad ke koi hor priority hai ida matlab todi prioritization ni change theek ni aegi hun tusi dasso ke eh insaan jehda kise cheez nu control karke baitha hai fad ke baitha hai chhadda ni paya hun stair jana hai taunu ik danda te chhadna payega na taan hi taak stair te rakhoge haan ji taunu tusi chalna hai ik kadam te chukna payega taan hi tusi dusra kadam ਸੋ ਐਨੀ ਇੰਪੋਰਟੈਂਟ ਹੈ ਨਾ ਚੇਂਜ ਐਂਡ ਚੇਂਜ ਇਜ਼ ਸਮਥਿੰਗ ਵਿਚ ਇਜ਼ ਅ ਬਿਊਟੀਫੁਲ ਥਿੰਗ ਜੇ ਕੋਈ ਚੀਜ਼ ਚੇਂਜ ਨਾ ਨਾ ਹੋਏ ਤੇ ਅਨਪ੍ਰੋਡਿਕਟਿਬਿਲਟੀ ਅਨਸਰਟਨਟੀ ਅਨਕੰਟਰੋਲੇਬਿਲਟੀ ਨਾ ਨਾ ਹੋਏ ਸਾਡੀ ਲਾਈਫ ਬਿਲਕੁਲ ਡਲ ਹੈ ਵੀ ਕਾਂਟ ਈਵਨ ਲਿਵ ਅ ਡੇ ਵੀ ਕਾਂਟ ਈਵਨ ਥਿੰਕ ਆਫ ਇਟ ਕਿ ਜੇ ਇਹ ਤਿੰਨ ਚੀਜ਼ਾਂ ਸਾਡੀ ਜ਼ਿੰਦਗੀ ਚ ਨਾ ਹੋਣ ਤੇ ਅਸੀਂ ਜੀਏ ਕਿਸ ਤਰ੍ਹਾਂ ਇਹ ਤਿੰਨੇ ਚੀਜ਼ਾਂ ਤੇ ਕਰਕੇ ਤੇ ਲਾਈਫ ਸਪਰ ਕਰਦੀ ਪਈ ਹੈ ਅੱਛਾ ਹੁਣ ਪ੍ਰੋਬਲਮ ਕਿੱਥੇ ਆਂਦੀ ਹੈ ਕਿ ਅਸੀਂ ਇਹਨਾਂ ਨੂੰ ਐਕਸੈਪਟ ਨਹੀਂ ਕਰਦੇ ਇਹ ਤਿੰਨ ਚੀਜ਼ਾਂ ਨੂੰ ਐਕਸੈਪਟ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਇੰਨਾ ਸਕੂਨ ਆ ਜਾਂਦਾ ਹੈ ਹੁਣ ਇਹਨਾਂ ਦੀ ਐਕਸੈਪਟੇਬਿਲਟੀ ਜਿਹੜੀ ਹੈ ਨਾ ਅਸਲ 'ਚ ਸਬਰ ਸਕੂਨ ਸੇਰੈਨਿਟੀ ਸੋਬਰਾਈਟੀ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਐਕਸੈਪਟ ਕਰਨ ਦੇ ਵਿੱਚ ਕਿਹਾ ਤਿੰਨ ਚੀਜ਼ਾਂ ਪਰਮਾਤਮਾ ਨੇ ਆਪਣੀ ਮਰਜ਼ੀ ਨਾਲ ਰੱਖੀਆਂ ਉਹਨੇ ਆਪਣੀ ਮਰਜ਼ੀ ਨਾਲ ਸਾਨੂੰ ਚੁਟਕੀ ਜੀ ਦੇਣੀ ਹੈ ਜੇ ਅਸੀਂ ਉਹ ਚੁਟਕੀ ਦੀ ਵੈਲਿਊ ਪਾਵਾਂਗੇ ਤੇ ਉਹ ਸ਼ਾਇਦ ਤੁਹਾਨੂੰ ਥੋੜੀ ਜੀ ਪ੍ਰੋਡੈਕਟਿਬਿਲਟੀ ਹੋਰ ਦੇ ਦੇ ਥੋੜਾ ਜਿਆ ਤੁਹਾਡਾ ਮਦਦ ਹੋਰ ਕਰ ਦੇ ਪਰ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਲੜਦੇ ਰਹੋਗੇ ਯੂ ਵਿਲ ਵੇਸ ਯਰ ਲਾਈਫ ਹੁਣ ਜਿਹੜੀ ਤੁਸੀਂ ਗੱਲ ਕਹੀ ਨਾ ਚੇਂਜ ਇਟਸ ਇਟਸ ਇੰਪੋਰਟੈਂਟ ਥਿੰਗ ਤੁਸੀਂ ਇਹ ਸੋਚੋ ਕਿ ਇੰਪੋਰਟੈਂਟ ਹੈ ਇਹ ਜਿਹੜਾ ਥੋੜਾ ਬਹੁਤਾ ਫੀਅਰ ਹੈ ਨਾ ਇਹ ਇੰਪੋਰਟੈਂਟ ਹੈ ਥੋੜੀ ਬਹੁਤੀ ਸ਼ੇਮ ਇੰਪੋਰਟੈਂਟ ਹੈ